ਸਹਾਰਾ ਲੈ ਕੇ ਤੁਰਨਾ ਪਿਆ।
ਇਹ ਗੱਲ ਹੈ ਕਿ ਸਾਰੇ ਸੰਸਾਰ ਦੇ ਲੋਕ ਕਹਿ ਰਹੇ ਸਨ ਹੈ ਸਭ ਜਗ ਭਇਓ ਜੈ 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 ਸੁਰਲੋਕ ਸੁਰਲੋਕ ਦੇ ਵਿੱਚ ਦੇਵਤਿਆਂ ਦੇ ਵਿੱਚ ਉੱਚੀ ਪਦਵੀ ਵਾਲਿਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਗੁਰੂ ਤੇਗ ਬਹਾਦਰ ਮਹਾਰਾਜ ਦਾ ਨਾਮ ਹੈ ਸੋ ਇੱਥੋਂ ਇਸ ਉਪਦੇਸ਼ ਦਾ ਕੀ ਫਲ ਪ੍ਰਾਪਤ ਹੋਇਆ ਕੀ ਅਸਰ ਹੋਇਆ ਜਿੰਨੇ ਲੋਕ ਸਨ ਉਹ ਸਾਰੇ ਦੇ ਸਾਰੇ ਮੂਲ ਮੰਤਰ ਦਾ ਬਾਣੀ ਦਾ ਜਾਪ ਦਾ ਹੋਇਆ ਰੋਣਾ ਪਿੱਟਣਾ ਛੱਡ ਕੇ ਕਲਗੀਧਰ ਮਹਾਰਾਜ ਦੇ ਵਚਨਾਂ ਨੂੰ ਸੁਣ ਕੇ ਲੋਕਾਂ ਨੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਮਹਾਰਾਜ ਬੜੇ ਪ੍ਰਸੰਨ ਹੋਏ ਕਿ ਵਚਨ ਮੰਨਿਆ ਹੈ ਗੁਰੂ ਪਾਤਸ਼ਾਹ ਦਾ ਵਚਨ ਮੰਨ ਕੇ ਇਹ ਲੋਕ ਸੁਖੀ ਹੋਣਗੇ ਸੋ ਸਤਿਗੁਰੂ ਨੇ ਬਾਣੀ ਦੇ ਵਿੱਚ ਵੀ ਇਹ ਵਚਨ ਉਚਾਰਿਆ ਜਿਸ ਮਨ ਹੋਏ ਅਨੰਤਾ ਪਿਤਰੀ ਹੋਏ ਉਧਾਰੋ ਜਿਹੜਾ ਸਿਮਰਨ ਕਰਦਾ ਹੈ ਨਾ ਕਿਸੇ ਵੀ ਮਨੁੱਖ ਦਾ ਕੋਈ ਰਿਸ਼ਤੇਦਾਰ ਹੈ ਜਿਹੜਾ ਗੁਜ਼ਰ ਚੁੱਕਿਆ ਹੈ ਮਾੜੇ ਕਰਮਾਂ ਕਰਕੇ ਉਹ ਕਿਸੇ ਮਾੜੀ ਜ਼ਮੀਨ ਦੇ ਵਿੱਚ ਹੈ ਜਾਂ ਕਿਤੇ ਦੁੱਖ ਕਲੇਸ਼ ਭੋਗ ਰਿਹਾ ਆਪਾਂ ਤਾਂ ਦੀਦਾ ਨਹੀਂ ਹੈ ਪਰਮੇਸ਼ਰ ਨੂੰ ਪਤਾ ਹੈ ਜਿਹੜਾ ਵੀ ਸਿਮਰਨ ਕਰਦਾ ਸਾਥ ਉਸ ਸਿਮਰਨ ਦੇ ਬਲ ਕਰਕੇ ਉਹ ਦੁੱਖ ਪਾ ਰਹੀ ਰੂਹ ਹੈ ਉਹਦਾ ਵੀ ਕਲਿਆਣ ਸਤਿਗੁਰੂ ਜੀ ਦਾ ਕਥਨ ਜਿਸ ਸਿਮਰ ਆਪਾਂ ਨੂੰ ਦੀਦਾ ਨਹੀਂ ਸਤਿਗੁਰੂ ਨੂੰ ਦਿਸਦਾ ਸਤਿਗੁਰੂ ਦਰਸਾ ਰਹੇ ਨੇ ਇਸ ਸਿਮਰਤ ਮਨ ਹੋਏ ਅਨੰਦਾ ਪਿਤਰੀ ਹੋਏ ਉਧਾਰਤ ਤੋਂ ਦੁਰਵਾਲਾ ਪੈਦਾ ਹੁੰਦਾ ਜਿਹੜਾ ਸਿਮਰਨ ਕਰਦਾ ਬੈਠ ਕੇ ਭਜਨ ਕਰਦਾ ਹੈ ਸੇਵਾ ਕਰਦਾ ਹੈ ਉਹਨੂੰ ਉਹਦਾ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸਰੀਰ ਦੇ ਵਿੱਚ ਉਹਦਾ ਸੁਧਾਰ ਹੁੰਦਾ ਹੈ ਉਹਦੀ ਜ਼ਿੰਦਗੀ ਉੱਚੀ ਹੁੰਦੀ ਹੈ ਉਹਦੇ ਪਰਿਵਾਰ ਦੀ ਜ਼ਿੰਦਗੀ ਉੱਚੀ ਹੁੰਦੀ ਹੈ ਅਤੇ ਜਿਹੜਾ ਪ੍ਰਾਣੀ ਪਿੱਛੇ ਗੁਜ਼ਰ ਚੁੱਕਿਆ ਹੈ ਦੁਖੀ ਹੋ ਰਿਹਾ ਹੈ ਉਹਦਾ ਵੀ ਕਲਿਆਣ ਇੱਥੇ ਸਿਮਰਨ ਦੇ ਮਨ ਕਰਕੇ ਪਿੱਛੇ ਵਿਛੜ ਚੁੱਕੀ ਰੂਹ ਹੈ ਜਿਹੜੀ ਉਹਦਾ ਵੀ ਕਲਿਆਣ ਸਿਮਰਨ ਦਾ ਇੰਨਾ ਪ੍ਰਭਾਵ ਹੈ ਜੋ ਸਤਿਗੁਰੂ ਪਾਤਸ਼ਾਹ ਜੀ ਦੇ ਇਹ ਉਪਦੇਸ਼ ਕਰਕੇ ਬਹੁਤੇ ਲੋਕਾਂ ਨੂੰ ਸੁੱਖ ਪ੍ਰਾਪਤ ਹੋਇਆ ਅਤੇ ਇਸ ਤੋਂ ਉਪਰੰਤ ਸਤਿਗੁਰੂ ਸੱਜੇ ਪਾਤਸ਼ਾਹ ਜੀ ਨੇ ਬਹੁਤ ਵੱਡਾ ਜੱਗ ਕੀਤਾ ਸਾਰੇ ਦੂਰ ਦੂਰ ਤੱਕ ਇਹ ਸੁਨੇਹਾ ਪਹੁੰਚ ਗਿਆ ਵੀ ਮਹਾਰਾਜ ਦੀ ਦਸਤਾਰਬੰਦੀ ਹੋਈ ਦਸਤਾਰਬੰਦੀ ਹੋਈ ਹੈ ਵੱਡੇ ਵੱਡੇ ਮਸੰਤ ਸਨ ਜਿਹੜੇ ਉਹ ਸਾਰੇ ਅਨੰਦਪੁਰ ਸਾਹਿਬ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਦੂਰੋਂ ਦੂਰੋਂ ਸਿੱਖ ਸੰਗਤਾਂ ਸਨ ਜਿਨ੍ਹਾਂ ਨੂੰ ਪਤਾ ਲੱਗਿਆ ਤਾਂ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਸ਼ਹੀਦੀ ਲੈ ਲਈ ਹੈ ਅਤੇ ਦੂਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਖਾਤਰ ਕਿ ਸਾਹਿਬਜ਼ਾਦਾ ਮੁਕਤ ਗੁਰਗੱਦੀ ਦੇ ਪਰਿਵਾਰ ਨਾਲ ਹੋਵੇਗਾ ਸੋ ਪਹੁੰਚਾਉਣੀ ਖਾਤਰ ਸਾਰੇ ਗੁਰੂ ਦੇ ਦਰਸ਼ਨ ਕਰਨ ਆ ਰਹੇ ਨੇ ਬਹੁਤ ਵੱਡਾ ਇਕੱਠ ਹੈ ਜਿਹੜਾ ਉਹ ਅਨੰਦਪੁਰ ਸਾਹਿਬ ਦੇ ਵਿੱਚ ਹੋ ਰਿਹਾ ਸੋ ਸਤਲੁਜ ਦੇ ਵਿੱਚ ਲੋਕਾਂ ਨੇ ਉਹਨਾਂ ਦਿਨਾਂ ਦੇ ਵਿੱਚ ਸਰੋਵਰ ਤਾਂ ਹੈ ਨਹੀਂ ਸੀ ਸਤਲੁਜ ਦਰਿਆ ਦੇ ਵਿੱਚ ਇਸ਼ਨਾਨ ਕਰਕੇ ਸਾਰਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੁਆਲੇ ਸਾਰੇ ਇਕੱਠੇ ਹੋ ਗਏ ਸੁਣਨ ਦੇ ਲਈ ਸੋ ਬਹੁਤ ਵੱਡਾ ਜੱਗ ਕੀਤਾ ਗਿਆ ਉਸ ਜੱਗ ਦੇ ਵਿੱਚ ਮਹਾਰਾਜ ਨੇ ਬਹੁਤ ਖਰਚ ਕਰਾਇਆ ਬਹੁਤ ਵੱਡੇ ਰੂਪ ਦੇ ਵਿੱਚ ਤਿਹਾਵਤ ਦੀ ਦੇਗ ਤਿਆਰ ਕੀਤੀ ਗਈ ਅਤੇ ਸਾਰੇ ਤਰ੍ਹਾਂ ਦੇ ਪਕਵਾਨ ਹਨ ਜਿਹੜੇ ਉਹ ਲੰਗਰ ਦੇ ਵਿੱਚ ਬਣਾਏ ਅਤੇ ਸੰਗਤ ਦੇ ਵਿੱਚ ਪੰਗਾਂ ਲੱਗੀਆਂ ਮਹਾਰਾਜ ਉੱਚੀ ਪਟਾਰੀ 'ਤੇ ਚੜ੍ਹ ਕੇ ਬ੍ਰਾਹਮਣ ਆਏ ਹਨ ਉਹਨਾਂ ਬ੍ਰਾਹਮਣਾਂ ਨੂੰ ਦੇਖ ਰਹੇ ਲਹਿੰਗਾ ਲਵਾ ਦਿੱਤੀ ਗਈਆਂ ਸਾਰਿਆਂ ਦੀਆਂ ਏਡਾ ਵੱਡਾ ਲੰਗਰ ਤਿਆਰ ਕੀਤਾ ਗਿਆ ਅਤੇ ਆਪਾਂ ਜੇ ਇਤਿਹਾਸ ਪੜ੍ਹੀਏ ਅਨੰਦਪੁਰ ਸਾਹਿਬ ਦੇ ਵਿੱਚ ਮਹਾਰਾਜ ਨੇ ਪਹਿਲਾ ਏਡਾ ਵੱਡਾ ਲੰਗਰ ਚਲਾਇਆ ਸਭ ਤੋਂ ਵੱਧ ਲੰਗਰ ਸਨ ਜਿਹੜੇ ਅਨੰਦਪੁਰ ਸਾਹਿਬ ਦੇ ਵਿੱਚ ਮਹਾਰਾਜ ਦੇ ਸਿੱਖ ਨੇ ਜਿਹੜੇ ਇੰਨੀ ਸੰਗਤ ਆਉਂਦੀ ਸੀ ਸਾਰੇ ਖਾਤਰ ਬਹੁਤ ਲੰਗਰ ਲੱਗ ਰਹੇ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਵਾਰ ਪਰਖ ਵੀ ਕੀਤੀ ਸੀ ਕਿ ਲੰਗਰ ਇੰਨੀ ਸੰਗਤ ਆਉਂਦੀ ਹੈ ਸਾਰੀ ਕਿਸੇ ਨੂੰ ਸੜਿਆ ਹੋਇਆ ਪ੍ਰਸ਼ਾਦਾ ਦੇਣ ਦਾ ਹੁਕਮ ਨਹੀਂ ਸੀ ਮਹਾਰਾਜ ਇੱਕ ਤਾਂ ਵਿਦਿਆ ਦਾ ਕੇਂਦਰ ਅਨੰਦਪੁਰ ਸੀ ਉਹ ਅਨਪੜ੍ਹ ਰਹਿਣ ਬਾਬਾ ਬਾਲਕ ਬਿਰਧ ਸਭ ਸੋਧ ਪੜ੍ਹਾਵਾ ਬੱਚੇ ਤੋਂ ਲਾ ਕੇ ਬੁੱਢੇ ਤੱਕ ਸਾਰਿਆਂ ਨੂੰ ਸੋਧ ਕੇ ਮਹਾਰਾਜ ਕਹਿੰਦੇ ਵਿਦਿਆ ਦਾ ਨਾਮ ਦਿੱਤਾ ਜਾਵੇ ਲੰਗਰ ਬਾਰੇ ਇੰਨੀ ਸ਼ਕਤੀ ਸੀ ਕਿ 24 ਘੰਟੇ ਲੰਗਰ ਚੱਲਣਾ ਚਾਹੀਦਾ ਕੋਈ ਭੁੱਖਾ ਨਹੀਂ ਜਾਣਾ ਚਾਹੀਦਾ ਕਿਸੇ ਮੇਰੇ ਗੁਰਸਿੱਖ ਨੂੰ ਸੜਿਆ ਹੋਇਆ ਪ੍ਰਸ਼ਾਦਾ ਉਹ ਵੀ ਮਿਲ ਜਾਂਦਾ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਵਾਰ ਇਹ ਲੰਗਰ ਨੂੰ ਪਰਖਣ ਕਰਨ ਦੇ ਲਈ ਇਹੋ ਜਿਹਾ ਆਪਣਾ ਸਰੂਪ ਬਣਾਇਆ ਸਾਧੂ ਦਾ ਸਾਰੇ ਲੰਗਰਾਂ ਦੀ ਪਰਖ ਕੀਤੀ ਅਤੇ ਇਨਾਮ ਮਿਲਿਆ ਭਾਈ ਸਾਹਿਬ ਭਾਈ ਦੀਵਾਨ ਸਾਹਿਬ ਭਾਈ ਨੰਦ ਲਾਲ ਜੀ ਜਦੋਂ ਉਹਨਾਂ ਦੇ ਲੰਗਰ ਦੇ ਵਿੱਚ ਗਏ ਉਹ ਹਰ ਵਕਤ ਸਿਮਰਨ ਕਰਨ ਵਾਲੀ ਗੁਰੂ ਸੀ ਹਰ ਵਕਤ ਸਿਮਰਨ ਕਰਦੇ ਰਹਿਣਾ ਜਦੋਂ ਅੱਧੀ ਰਾਤ ਮਹਾਰਾਜ ਗਏ ਕਹਿੰਦੇ ਲੰਗਰ ਚੱਲਦਾ ਉਸੇ ਵਕਤ ਉੱਠ ਕੇ ਪਿਆ ਜਿੰਨਾ ਅੱਧਾ ਕੱਚਾ ਪੱਕਾ ਸੀ ਮਹਾਰਾਜ ਅੱਗੇ ਰੱਖ ਲਿਆ ਕੇ ਰੱਖ ਦਿੱਤਾ ਵੀ ਮਹਾਰਾਜ ਇੰਨਾ ਕੁ ਤਿਆਰ ਹੈ ਅਤੇ ਜੇ ਥੋੜ੍ਹਾ ਜਿਹਾ ਸਮਾਂ ਦੇ ਦਿਓ ਤਾਂ ਹੁਣੇ ਤਿਆਰ ਹੋ ਕੇ ਲੰਗਰ ਆ ਜਾਓ
ਤੇ ਜਿਹੋ ਜਿਹਾ ਲੰਗਰ ਸੀ ਲਿਆ ਕੇ ਰੱਖਤਾ ਤਿਆਰ ਕਰਕੇ ਭਾਈ ਨੰਦ ਲਾਲ ਜੀ ਨੇ ਲਿਆ ਕੇ ਦੇ ਦਿੱਤਾ ਤੇ ਮਹਾਰਾਜ ਦੇ ਕੋਲ ਜਿਹੜੀ ਪੁਸ਼ਾਕੀ ਸੀ ਉਹ ਲਾ ਕੇ ਸਰੋਪੇ ਵੱਜੋਂ ਕਰਨੀ ਧਰ ਮਹਾਰਾਜ ਨੇ ਅਨੰਦਪੁਰ ਨੂੰ ਭਾਈ ਗੁਰਾਨ ਸਾਹਿਬ ਭਾਈ ਨੰਦ ਲਾਲ ਜੀ ਉਹ ਬਖਸ਼ ਦਿੱਤੀ ਤੇ ਦੀਵਾਨ ਦੇ ਵਿੱਚ ਸੱਦ ਕੇ ਉਹ ਮਾਣ ਬਖਸ਼ ਕੀਤਾ ਇਹ ਸਾਡਾ ਦਾਤਾ ਹੈ ਇਹਨੇ ਸਾਨੂੰ ਭੁੱਖਿਆਂ ਨੂੰ ਲੰਗਰ ਛਕਾਇਆ ਸੋ ਇਹਦੀ ਲੰਗਰ ਦੀ ਮਹਾਨਤਾ ਹੈ ਸਤਿਗੁਰੂ ਜੀ ਨੇ ਇਹ ਲੰਗਰ ਚਲਾਇਆ ਉੱਥੇ ਉਸ ਤੋਂ ਉਪਰੰਤ ਸਾਧ ਸੰਗਤ ਜਦੋਂ ਲੰਗਰ ਵਰਤ ਗਿਆ ਸਾਰੇ ਬ੍ਰਾਹਮਣ ਸਨ ਉਹਨਾਂ ਨੂੰ ਪ੍ਰਾਪਤ ਹੋਇਆ ਕਹਿੰਦੇ ਨੇ ਵੀ ਇੰਨਾ ਲੰਗਰ ਖੁੱਲ੍ਹਾ ਵਰਤਾਇਆ ਮਹਾਰਾਜ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਇਸ ਸੰਸਕਾਰ ਤੋਂ ਉਪਰੰਤ ਕੋਈ ਸਾਰੇ ਸੰਤ ਜਿਹੜੇ ਜਲ ਵਰਤਾਉਣ ਵਾਲੇ ਮਿੱਠਾ ਪਕਵਾਨ ਵਰਤਾਉਣ ਵਾਲੇ ਲੰਗਰ ਵਰਤਾਉਣ ਵਾਲੇ ਜਿੰਨੇ ਸੇਵਾਦਾਰ ਸਨ ਸਾਰੇ ਬਿਨਾਂ ਮੰਗੇ ਸਾਰਿਆਂ ਨੂੰ ਖੁੱਲ੍ਹਾ ਵਰਤਾ ਰਹੇ ਪੱਕਿਆ ਹੋਇਆ ਭੋਜਨ ਪੱਕਾ ਭੋਜਨ ਸੀ ਜਿਹੜਾ ਸਾਰਿਆਂ ਨੂੰ ਬਿਨਾਂ ਮੰਗੇ ਮਿਲ ਰਿਹਾ ਸਾਰਿਆਂ ਨੂੰ ਇਹ ਦਾਤਾ ਮਿਲ ਗਿਆ ਤੇ ਜਦੋਂ ਦਸਤਾਰਬੰਦੀ ਬਾਰੇ ਪਤਾ ਲੱਗਿਆ ਵੀ ਮਹਾਰਾਜ ਦੇ ਦਸਤਾਰਬੰਦੀ ਹੋਣੀ ਹੈ ਤੇ ਬਾਬਾ ਬੁੱਢਾ ਜੀ ਦੀ ਵੰਸ਼ ਤੋਂ ਭਾਈ ਰਾਮ ਕੌਰ ਸਨ ਉਹਨਾਂ ਦੀ ਉਮਰ ਉਸ ਵੇਲੇ 3 ਵਰਸ ਦੀ ਤਿੰਨ ਵਰਸ ਦਾ ਬਲਵਾਨ ਹੁੰਦਾ ਸ਼ੁਕਰਾ ਕਿਉਂਕਿ ਜਿਹੜੇ ਬਾਬਾ ਗੁਰਦਿੱਤਾ ਜੀ ਸਨ ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਲ ਦਿੱਲੀ ਦੇ ਵਿੱਚ ਗਏ ਸਨ ਦਿੱਲੀ ਦੇ ਵਿੱਚ ਜਦੋਂ ਗਏ ਹਨ ਤਾਂ ਉੱਥੇ ਸਿੱਖਾਂ ਨੂੰ ਸੁਣਦਿਆਂ ਦੇਖਿਆ ਦੁੱਖ ਦੇਖੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਮਹਾਰਾਜ ਸਾਡਾ ਵੀ ਇਹ ਹਾਲ ਹੋਣਾ ਸਾਨੂੰ ਵੀ ਇਹ ਦਾਨ ਦੇ ਦਿਓ ਵੀ ਸਾਡੀ ਵੀ ਇਹਨਾਂ ਮਤਲਬ ਹੁੰਦੇ ਲਾਭ ਇਹ ਸਿੱਖ ਨੇ ਜਿਹੜੇ ਇੰਨੇ ਕਸ਼ਟ ਰੰਗੇ ਨੇ ਦਿੱਤੇ ਨੇ ਇਹਨਾਂ ਨੂੰ ਇਹ ਕਸ਼ਟ ਸਹਾਰ ਕੇ ਇਹਨਾਂ ਦੀ ਤਾਂ ਨਿਭਾ ਦਿੱਤੀ ਆਪ ਜੀ ਨੇ ਆਪ ਸਾਡੇ ਉੱਤੇ ਕਿਰਪਾ ਕਰੋ ਵੀ ਸਾਡੀ ਵੀ ਇੱਥੇ ਬਣਾ ਦਿੱਤੀ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਵੀ ਸਿੱਖੋ ਦੇਵੀ ਮਿਲੇਗੀ ਤਾਂ ਇਵੇਂ ਹੀ ਪਰ ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਜਾ ਸਕਦੇ ਹੋ ਅਤੇ ਜਿਹੜੇ ਸਿੱਖ ਸਨ ਵੀ ਮਹਾਰਾਜ ਜੀ ਜੇ ਅਸੀਂ ਜਾਣਾ ਚਾਹੀਏ ਤਾਂ ਕਿਵੇਂ ਜਾ ਸਕਦੇ ਵੀ ਪੈਰਾਂ 'ਚ ਬੇੜੀਆਂ ਪੀੜੀਆਂ ਹੋ ਜਾਂਦੇ ਆਲੇ ਦੁਆਲੇ ਜਿੰਨੇ ਨਿਕਲ ਗਏ ਤੁਹਾਨੂੰ ਇਹ ਕੋਈ ਚੀਜ਼ ਕੁਛ ਨਹੀਂ ਕਹਿ ਸਕਦੇ ਸੋ ਇਹਨਾਂ ਨੇ ਸੰਕਲਪ ਕੀਤਾ ਵੀ ਅਸੀਂ ਜਾਣਾ ਤਾਂ ਪੈਰਾਂ ਦੀਆਂ ਬੇੜੀਆਂ ਵੀ ਟੁੱਟਦੀਆਂ ਪਹਿਰੇਦਾਰ ਵੀ ਸੌਂ ਗਏ ਦਰਵਾਜ਼ੇ ਵੀ ਖੁੱਲ੍ਹ ਦਿੱਤੇ ਆ ਗਏ ਬਾਬਾ ਗੁਰਦਿੱਤਾ ਜੀ ਸਨ ਜਿਹੜੇ ਇਹ ਜਦੋਂ ਮਜਰੂ ਕਾ ਟਿੱਲਾ ਭਾਈ ਵੀਰ ਸਿੰਘ ਜੀ ਨੇ ਜਿਹੜੀ ਖੋਜ ਲਿਖੀ ਆ ਉਹਦੇ ਵਿੱਚ ਇਹ ਲਿਖਿਆ ਵੀ ਕਿ ਅੱਜ ਕੱਲ੍ਹ ਤਾਂ ਸਥਾਨ ਮਿਲਦਾ ਨਹੀਂ ਹੈ ਪਰ ਉਹ ਕਹਿੰਦੇ ਨੇ ਭਾਈ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਖੋਜ ਹੈ ਜੇ ਕਿ ਇਹ ਉਹ ਸਥਾਨ ਹੈ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਦਿੱਲੀ ਦੇ ਵਿੱਚ ਆਏ ਨੇ ਉੱਥੇ ਖੜ੍ਹੇ ਸਨ ਬਾਬਾ ਬੁੱਢਾ ਸਾਹਿਬ ਜੀ ਕਿਉਂਕਿ ਘੋੜੇ ਨਾਲ ਸਨ ਫੌਜ ਨਾਲ ਸੀ ਅਤੇ ਉਸ ਵੇਲੇ ਘੋੜਿਆਂ ਖਾਤਰ ਖੁੱਲ੍ਹਾ ਚਰਨ ਖਾਤਰ ਥਾਂ ਸੀ ਸੋ ਉਸ ਬਾਬਾ ਬੁੱਢਾ ਜੀ ਦਾ ਥਾਂ ਦੇਖਣ ਦੇ ਲਈ ਬਾਬਾ ਗੁਰਦਿੱਤਾ ਜੀ ਸਾਹਿਬ ਜਿਹੜੇ ਉੱਥੇ ਚਲੇ ਗਏ ਜਦੋਂ ਦੇਖਿਆ ਸਾਡੇ ਮੇਰੇ ਹਨ ਜਿਹੜੇ ਬਜ਼ੁਰਗ ਹਨ ਬਾਬਾ ਬੁੱਢਾ ਸਾਹਿਬ ਜੀ ਉਹ ਇਸ ਥਾਂ 'ਤੇ ਆਏ ਨੇ ਤਾਂ ਬਾਬਾ ਬੁੱਢਾ ਜੀ ਦੇ ਵੰਸ਼ ਜਿਹੜੇ ਬਾਬਾ ਗੁਰਦਿੱਤਾ ਜੀ ਉੱਥੇ ਬੈਠ ਕੇ ਚੱਪ ਮਾਰ ਕੇ ਬੈਠ ਕੇ ਅੱਖਾਂ ਮੀਚੀਆਂ ਅਤੇ ਅੱਖਾਂ ਮੀਚ ਕੇ ਦਰਸ਼ਨ ਕਰਦੇ ਰਹੇ ਦਰਸ਼ਨ ਕਰਦੇ ਕਰਦੇ ਹੀ ਸਰੀਰ ਛੱਡ ਦਿੱਤਾ ਬਾਬਾ ਗੁਰਦਿੱਤਾ ਜੀ ਨੇ ਉੱਥੇ ਹੀ ਸਰੀਰ ਛੱਡ ਦਿੱਤਾ ਅਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਖੋਜ ਇਸ ਥਾਂ ਦੀ ਖੋਜ ਦੀ ਲੋੜ ਹੈ ਪਰ ਅਜੇ ਕਹਿੰਦੇ ਜੀ ਪੂਰੀ ਉਮੀਦ ਇਹੀ ਹੈ ਵੀ ਜਿਹੜਾ ਹੈ ਮਜਨੂੰ ਕਾ ਟਿੱਲਾ ਉਹੀ ਸਥਾਨ ਹੋਵੇ ਇਹ ਜਿਹੜੀ ਹੈ ਖੋਜ ਹੈ ਜਿਹੜੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਵੀ ਜਦੋਂ ਮੈਂ ਗਿਆ ਤਾਂ ਇਹ ਸਥਾਨ ਉੱਥੇ ਸੀਗਾ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਜਿਹੜਾ ਗੁਰਪ੍ਰਤਾਪੁਰ ਜੀ ਦਾ ਜਿਹੜਾ ਪੜ੍ਹਦੇ ਹਾਂ ਨਾ ਇਤਿਹਾਸ ਉਹਦੇ ਵਿੱਚ ਭਾਈ ਸੰਤੋਖ ਸਿੰਘ ਜੀ ਦੀ ਖੋਜ ਹੈ ਮਹਾਂਕਵੀ ਦੀ ਉਹ ਲਿਖ ਰਹੇ ਨੇ ਕਿ ਮੈਂ ਇਹ ਸਥਾਨ ਦੇਖਿਆ ਇਸ ਥਾਂ 'ਤੇ ਪੂਜਾ ਹੁੰਦੀ ਸੀ ਔਰ ਇੰਨਾ ਸਮਾਂ ਬੀਤ ਜਾਣ ਦੇ ਬਾਅਦ ਇਸ ਸਥਾਨ ਨੂੰ ਅਲੋਪ ਹੋਇਆ ਫਿਰ ਲੱਭਣਾ ਪਵੇਗਾ ਪੰਥੂ ਨੇ ਡੇਰੇ ਦੀ ਖੋਜ ਕਰ ਦਿੱਤੀ ਸੀ ਸੋ ਉਸ ਤੋਂ ਉਪਰੰਤ ਜਦੋਂ ਉਹਨਾਂ ਦਾ ਉੱਥੇ ਸੰਸਕਾਰ ਸੰਗਤ ਨੇ ਕਰ ਦਿੱਤਾ ਅਤੇ ਉਦੋਂ ਉਪਰੰਤ ਪਤਾ ਲੱਗਿਆ ਰਮਦਾਸ ਅਤੇ ਉੱਥੋਂ ਸਾਰਾ ਸਮਾਨ ਤਿਲਕ ਦਾ ਜਿਹੜਾ ਦਸਤਾਰ ਬੰਦੀ ਦਾ ਉਹ ਸਾਰੇ ਦਾ ਸਾਰਾ ਸਮਾਨ ਲੈ ਕੇ ਰਾਮਦਾਸ ਤੋਂ ਭਾਈ ਰਾਮ ਕੌਰ ਜੀ ਅਤੇ ਉਹਨਾਂ ਦਾ ਸਾਰਾ ਪਰਿਵਾਰ ਹੈ ਜਿਹੜਾ ਉਹ ਅਨੰਦਪੁਰ ਸਾਹਿਬ ਪਹੁੰਚਿਆ ਸਾਰੀ ਸੰਗਤ ਹੈ ਜਿਹੜੀ ਦਸਤਾਰਬੰਦੀ 'ਤੇ ਉਹ ਬਹੁਤ ਵੱਡਾ ਇਕੱਠ ਹੋਇਆ ਬਸੰਤ ਆਏ ਸਾਰੇ ਉਹ ਸਾਰਿਆਂ ਨੂੰ ਪਤਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਸਤਾਰਬੰਦੀ ਹੋਣੀ ਹੈ ਗੁਰਧਰ ਗੱਦੀ ਹੈ ਜਿਹੜੀ ਉਹ ਪ੍ਰਾਪਤ ਹੋਣੀ ਹੈ ਸੋ ਸਤਿਗੁਰੂ ਜੀ ਦੇ ਤਖ਼ਤ ਨੂੰ ਸ਼ਿੰਗਾਰਨ ਦੇ ਲਈ ਸੰਗਤ ਨੇ ਇੰਨਾ ਉਦਮ ਕੀਤਾ
ਉਹਦੇ ਥਾਂ ਦੇ ਉੱਤੇ ਸਤਿਗੁਰ ਦਾ ਤਖ਼ਤ ਬਣਾਇਆ ਗਿਆ ਅਤੇ ਉੱਥੇ ਆਲੇ ਦੁਆਲੇ ਇੰਨਾ ਸਜਾਵਟ ਕੀਤੀ ਗਈ, ਸੋਨਾ ਲਾ ਲਾ ਕੇ, ਸੁੰਦਰ ਕੱਪੜਿਆਂ ਦੇ ਨਾਲ, ਡੋਰਾਂ ਦੇ ਨਾਲ, ਛੋਟੀਆਂ ਡੋਰਾਂ ਦੇ ਨਾਲ ਇਹ ਸਾਰਾ ਸਮਾਨ ਤਿਆਰ ਕੀਤਾ ਗਿਆ ਅਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਿੱਖ ਸੰਗਤ ਆ ਕੇ ਅਰਦਾਸਾਂ ਕਰਦੀ ਹੈ, ਸਤਿਗੁਰੂ ਦੇ ਦਰਸ਼ਨ ਕਰਦੇ ਲਈ ਆ ਕੇ ਧੱਪਰ ਚੌਣੀ ਕਰ ਪਾਉਂਦੇ ਹਨ ਕਿ ਗੁਰੂ ਤੇਗ ਬਹਾਦਰ ਮਹਾਰਾਜ ਸਰੀਰ ਛੱਡ ਗਏ ਹਨ, ਸ਼ਹੀਦੀ ਪ੍ਰਾਪਤ ਕਰ ਗਏ ਹਨ ਅਤੇ ਸੰਗਤ ਬੇਅੰਤ ਸੰਗਤ ਹੈ ਜਿਹੜੀ ਉਹ ਦਰਸ਼ਨ ਕਰਨ ਆਉਂਦੀ ਹੈ। ਸੋ ਦਿਨ ਮਿਥ ਲਿਆ ਗਿਆ, ਉਸ ਮਿਥੇ ਹੋਏ ਦਿਨ 'ਤੇ ਸੰਗਤ ਸਾਰੀ ਦਰਸ਼ਨ ਕਰਨ ਦੇ ਲਈ ਆਉਂਦੀ ਹੈ। ਬਾਬਾ ਬੁੱਢਾ ਜੀ ਦੀ ਵੰਸ਼ ਦੇ ਵਿੱਚੋਂ ਭਾਈ ਰਾਮ ਕੌਰ, ਇਹ ਕਹਿੰਦੇ ਜਨਮ ਤੋਂ ਹੀ ਬਹੁਤ ਉੱਚੀ ਅਵਸਥਾ ਵਾਲੇ ਬ੍ਰਹਮ ਗਿਆਨੀ ਪੁੱਤ ਹੋਏ, ਬਹੁਤ ਉੱਚੀ ਅਵਸਥਾ ਵਾਲੇ ਬ੍ਰਹਮ ਗਿਆਨੀ ਹੋਏ ਹਨ ਅਤੇ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਰਾਮਦਾਸ ਕੇ ਕਹਿ ਕੇ ਬੁਲਾਉਂਦੇ ਸਨ ਬਾਬਾ ਬੁੱਢਾ ਜੀ ਦੀ ਵੰਸ਼ ਦੇ ਵਿੱਚ। ਸੋ ਇਹਨਾਂ 'ਤੇ ਬਹੁਤ ਕਿਰਪਾ ਸੀ, ਬਹੁਤ ਕਿਰਪਾ ਸੀ, ਇਹਨਾਂ ਦਾ ਜੀਵਨ ਇੰਨਾ ਉੱਚਾ ਸੀ ਜੋ ਗੁਰਬਚਨ ਬੋਲਦੇ ਸਨ ਉਸ ਉੱਤੇ ਸੱਚ ਹੋ ਜਾਂਦਾ। ਸੰਗਤ ਦੇ ਵਿੱਚ ਬਾਬਾ ਬੁੱਢਾ ਜੀ ਦੀ ਵੰਸ਼ ਕਰਕੇ ਬਹੁਤ ਅਦਬ ਸਤਿਕਾਰ ਇਸ ਮਹਾਂਪੁਰਖ ਦਾ ਹੋਇਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਲੇ ਵੀ ਬੇਅੰਤ ਕੌਤਕ, ਜਿਹੜਾ ਆਪਾਂ ਗ੍ਰੰਥ ਪੜ੍ਹਦੇ ਹਾਂ ਸਾਧ ਸੰਗਤ ਗੁਰੂ ਪ੍ਰਤਾਪ ਸੂਰਜ ਗ੍ਰੰਥ, ਇਹ ਇਸੇ ਮਹਾਂਪੁਰਖ ਦੀ ਕਿਰਪਾ ਹੈ ਕਿ ਜੋ ਅਨੰਦਪੁਰ ਸਾਹਿਬ ਦੇ ਜੰਗਾਂ ਤੋਂ ਬਾਅਦ ਆਮਦ ਦਿੱਤੀ ਹੈ, ਇਹ ਆਪਣੇ ਇਹਨਾਂ ਨੂੰ ਹੁਕਮ ਹੋ ਗਿਆ ਰਾਮਦਾਸਪੁਰ ਜਾਣ ਦਾ। ਉੱਥੇ ਜਾ ਕੇ ਰਾਮਦਾਸਪੁਰੇ ਜਾ ਕੇ ਜੋ ਘਟਨਾਵਾਂ ਬੀਤੀਆਂ ਸਨ ਨਾ ਅਨੰਦਪੁਰ ਸਾਹਿਬ ਦੀ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਇਹਨਾਂ ਸੀਨਾ ਪਸੀਨਾ ਜੋ ਕੁਛ ਸੁਣਿਆ ਉਹ ਇਹ ਰੋਜ਼ ਰਾਮਦਾਸ ਜਾ ਕੇ ਰਾਮਦਾਸ ਉੱਥੇ ਜਾ ਕੇ ਕਥਾ ਕਰਦੇ, ਜਿਹੜੀ ਕਥਾ ਕਰਦੇ ਸਨ ਉਹ ਨਾਲ ਦੀ ਨਾਲ ਲਿਖੀ ਜਾਂਦੀ ਸੀ। ਉਹ ਲਿਖਣ ਹੋਣ ਤੋਂ ਬਾਅਦ ਇਹ ਗ੍ਰੰਥ ਸਾਂਭ ਹੁੰਦਾ ਗਿਆ ਅਤੇ ਉਦੋਂ ਬਾਅਦ ਇਹਨਾਂ ਦੇ ਬਾਬਾ ਬੁੱਢਾ ਜੀ ਦੀ ਵੰਸ਼ ਦੇ ਵਿੱਚੋਂ ਸਿੰਘ ਸਨ ਜਿਹੜੇ ਉਹ ਮਹਾਰਾਜਾ ਪਟਿਆਲਾ ਬਾਬਾ ਆਲਾ ਸਿੰਘ ਦੀ ਲੜਕੀ ਸੀ ਪ੍ਰਧਾਨ ਕੌਰ, ਉਹਨਾਂ ਦੇ ਨਾਲ ਇਹਨਾਂ ਦੋ ਪਰਿਵਾਰਾਂ ਦਾ ਸੰਬੰਧ ਜੁੜਿਆ ਅਤੇ ਉੱਥੋਂ ਇਹ ਗ੍ਰੰਥ ਫਿਰ ਰਾਮਦਾਸ ਤੋਂ ਚਲੇ ਗਿਆ ਪਟਿਆਲੇ ਅਤੇ ਪਟਿਆਲਿਓਂ ਭਾਈ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਇਹ ਮਿਲਿਆ। ਸੋ ਉਹਨਾਂ ਨੇ ਸਾਰੀ ਕਥਾ ਇਹ ਬਾਜੀ ਕਿਉਂਕਿ ਇਹ ਹੂ ਬਹੂ ਸੀਨਾ ਪਸੀਨਾ ਚਲੀ ਆਉਂਦੀ ਸੀ ਲਿਖੀ ਹੋਈ ਲਿਖਤ ਬਾਬਾ ਰਾਮ ਕੌਰ ਜੀ ਦੇ ਹੱਥਾਂ ਦੀ, ਉਹਨਾਂ ਦੇ ਮੁੱਖੋਂ ਜਾਰੀ ਹੋਈ ਸਾਰੀ ਅਤੇ ਆਪ ਉਹਨਾਂ ਦੇ ਹੱਥਾਂ ਨਾਲ ਲਿਖੀ ਹੋਈ ਅਤੇ ਉਦੋਂ ਬਾਅਦ ਜੋ ਹੋਰ ਉਹਨਾਂ ਦੀ ਆਪਣੀ ਖੋਜ ਸੀ ਉਹ ਉਹਨਾਂ ਨੇ ਲਿਖੀ, ਇਹ ਸਾਰੀ ਰਲਾ ਕੇ ਇਹ ਗ੍ਰੰਥ ਹੈ ਜਿਹੜਾ ਉਹਨਾਂ ਨੇ ਸੁਣ ਲਿਆ। ਸੋ ਇੰਨਾ ਨੇੜੇ ਸੱਚ ਦੇ ਲਿਖਿਆ ਹੋਇਆ, ਇੰਨੀ ਮਿਹਨਤ ਧਾਰਨਾ ਕਰਕੇ ਲਿਖਿਆ ਹੋਇਆ, ਸੋ ਇਹ ਬੜੇ ਸਤਿਕਾਰ ਦੇ ਯੋਗ ਗ੍ਰੰਥ, ਤਾਂ ਹੀ ਇਹਨਾਂ ਨੂੰ ਇੰਨਾ ਵਰ ਪ੍ਰਾਪਤ ਹੋਇਆ ਹੈ ਕਿ ਸਿੱਖੀ ਦਾ ਉੱਚਾ ਜੀਵਨ ਇਹਨਾਂ ਨੂੰ ਪ੍ਰਾਪਤ ਹੋਇਆ ਅਤੇ ਗੁਰਦੁਆਰਿਆਂ ਦੇ ਵਿੱਚ ਜਿੰਨੇ ਇਤਿਹਾਸਕ ਗੁਰਦੁਆਰੇ ਨੇ, ਜਿੰਨੇ ਵੱਡੇ ਵੱਡੇ ਗੁਰਦੁਆਰੇ ਜਿੱਥੇ ਸੰਗਤ ਜੁੜਦੀ ਹੀ ਹੈ, ਉਸ ਹਰੇਕ ਗੁਰਦੁਆਰੇ ਦੇ ਵਿੱਚ ਗੁਰੂ ਦੀਆਂ ਦਸਾਂ ਪਾਤਸ਼ਾਹੀਆਂ ਦਾ ਇਹ ਇਤਿਹਾਸ ਕਥਾ ਰੂਪ ਦੇ ਵਿੱਚ ਰੋਜ਼ ਸ਼ਾਮ ਨੂੰ ਇਹ ਸੁਣਾਇਆ ਜਾਂਦਾ। ਸੋ ਕਿਉਂ ਜਿਹੜਾ ਤਿਲਕ ਲੱਗਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰਿਆਈ ਦਾ, ਅਗਲੇ ਪ੍ਰਸੰਗ ਦੇ ਵਿੱਚ ਉਹ ਆਵੇਗਾ ਕਿਵੇਂ ਸੰਗਤ ਹੈ ਜਿਹੜੀ ਇਹ ਅਰਦਾਸਾਂ ਕਰਦੀ, ਕਿਵੇਂ ਸੰਗਤ ਸਤਿਗੁਰ ਦੇ ਚਰਨਾਂ ਵਿੱਚ ਨਮਸਕਾਰਾਂ ਕਰਦੀ ਹੈ, ਸਤਿਗੁਰ ਤਖ਼ਤ ਦੇ ਉੱਤੇ ਵਿਰਾਜਮਾਨ ਹੋ ਕੇ ਕਿਵੇਂ ਸੰਗਤ ਨੂੰ ਦਰਸ਼ਨ ਦਿੰਦੇ ਹਨ, ਤਾਂ ਉਸ ਤਖ਼ਤ ਦੀ ਕਿੰਨੀ ਕੁ ਵਡਿਆਈ, ਕਿੰਨੀ ਸ਼ੋਭਾ ਹੈ, ਉਹ ਅਗਲੇ ਪ੍ਰਸੰਗ ਦੇ ਵਿੱਚ ਆ ਗਏ। ਸੋ ਅੱਜ ਆਪਾਂ ਇੱਥੇ ਸੀਮਤ ਕਰੀਏ ਸਮੇਂ, ਇਸ ਵਿਚਾਰ ਨੂੰ ਸਤਿਗੁਰੂ ਮਿਹਰ ਕਰ, ਇਹ ਸੁਣਿਆ ਹੋਇਆ ਵਿਚਾਰਿਆ ਹੋਇਆ ਸਾਡੇ ਹਿਰਦੇ ਅੰਦਰ ਵਸੇ ਅਤੇ ਸਾਨੂੰ ਰੀਸ ਆਵੇ ਉਹਨਾਂ ਨੂੰ ਸਿੱਖਾਂ ਦੀ ਜਿਹਨਾਂ ਨੇ ਜਿਹੜੀਆਂ ਕੁਰਬਾਨੀਆਂ ਕਰਕੇ ਗੁਰੂ ਦੀ ਖੁਸ਼ੀ ਪ੍ਰਾਪਤ ਕੀਤੀ। ਸਤਿਗੁਰੂ ਜੀ ਦਾ ਵਚਨ ਹੈ, ਨਾਮ ਬੋਲਤ ਨਾ ਪਾਇਆ ਜਾਏ ਗੁਰਪ੍ਰਸਾਦ ਵਸੈ ਧਰਤਾ। ਨਾਮ ਏਡਾ ਅਮੋਲਕ ਹੈ, ਕਿਸੇ ਤਰੀਕੇ ਨਾਲ ਨਹੀਂ ਪਾਇਆ ਜਾ ਸਕਦਾ, ਨਾ ਧਨ ਨਾਲ, ਨਾ ਜ਼ੋਰ ਨਾਲ, ਨਾ ਧੱਕੇ ਨਾਲ, ਨਾ ਤਪੱਸਿਆ ਨਾਲ, ਕਿਸੇ ਤਰੀਕੇ ਨਾਲ ਹੀ ਲੱਭਦਾ ਹੈ। ਪਰ ਸਤਿਗੁਰੂ ਕਹਿੰਦੇ ਹਨ ਗੁਰਪ੍ਰਸਾਦ ਵਸੈ ਧਰਤਾ, ਜਿਹਦੇ ਉੱਤੇ ਗੁਰੂ ਦੀ ਪ੍ਰਸੰਨਤਾ ਹੋ ਗਈ, ਜਿਹਨੇ ਆਪਣੇ ਗੁਰੂ ਨੂੰ ਖੁਸ਼ ਕਰ ਲਿਆ ਨਾ, ਨਾਮ ਉਸ ਹਿਰਦੇ ਵਿੱਚ ਨੱਠਿਆ ਹੋ, ਨਾਮ ਉਸ ਹਿਰਦੇ ਵਿੱਚ ਆ ਕੇ ਵਾਸ ਕਰ ਲਿਆ। ਸੋ ਇੱਕੋ ਜੁਗਤ ਹੈ ਗੁਰੂ ਦੀ ਪ੍ਰਸੰਨਤਾ, ਗੁਰੂ ਦੀ ਖੁਸ਼ੀ, ਜਿਵੇਂ ਗੁਰੂ ਦੀ ਖੁਸ਼ੀ ਆਪਾਂ ਦੇਖਦੇ ਹਾਂ ਵੀ ਸੰਗਤ ਵਿੱਚ ਬਹਿ ਕੇ ਪਾਠ ਕਰਕੇ ਸਾਡਾ ਗੁਰੂ ਖੁਸ਼ ਕਿਵੇਂ ਹੁੰਦਾ, ਸੇਵਾ ਕਰਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ, ਬਾਣੀ ਪੜ੍ਹ ਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ, ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਕੰਮ ਧੰਦਾ ਕਰਦਿਆਂ ਹੋਇਆਂ ਐਸੇ ਕਰਮ ਕਰਦੇ ਜਿਹਦੇ ਨਾਲ ਸਾਡਾ ਗੁਰੂ ਪ੍ਰਸੰਨ ਹੋ, ਜਦੋਂ ਗੁਰੂ ਪ੍ਰਸੰਨ ਹੋ ਗਿਆ ਨਾਮ ਤੋਂ ਉਹ ਸਿੱਖ ਦੂਰ ਨਹੀਂ, ਨਾਮ ਉਹਦੇ ਹਿਰਦੇ ਅੰਦਰ ਵਾਸ ਕਰਦੇ। ਉਹ ਸਤਿਗੁਰੂ ਮਿਹਰ ਕਰ, ਇਹ ਪਾਵਨ ਇਤਿਹਾਸ ਸਾਡੇ ਹਿਰਦੇ ਅੰਦਰ ਵਸੇ ਅਤੇ ਸਤਿਗੁਰੂ
ਨਾਮ ਜਪਣ ਵਾਲੇ ਨਾਮ ਸਾਧਨਾ ਬਖਸ਼ਿਸ਼ ਕਰ ਸੁਣ ਪੜ੍ਹਨ ਵਾਲਿਆਂ ਨੂੰ ਫੁੱਲਾਂ ਪੱਤੀਆਂ ਦੀ ਕਿਰਪਾ ਆਓ ਮਤੇ ਗੁਲਾਮੀ ਗੁਰੂ ਚਰਨਾਂ ਦਾ ਸਾਰੇ ਹੋ ਗਾਸਰਾ ਮੁਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।